ਸਭ ਸਤਕਾਰ ਕਮੇਟੀ ਦੇ ਸਿੰਘਾਂ ਨੇ ਕੱਲ ਤੋਂ ਇੱਕ ਧਰਨਾ ਦਿੱਤਾ ਜਾ ਰਿਹਾ ਉਹਨਾਂ ਦਾ ਕਹਿਣਾ ਕਿ ਇਹਨਾਂ ਧਾਰਮਿਕ ਥਾਵਾਂ ਦੇ ਉੱਤੇ ਕੋਈ ਸਿਆਸੀ ਸਟੇਜ ਨਹੀਂ ਲੱਗਣੀ ਚਾਹੀਦੀ ਅੱਜ ਜੋ ਸਾਡੇ ਧਿਆਨ ਚ ਆ ਸ਼੍ਰੋਮਣੀ ਕਾਲਦਲ ਬਾਦਲ ਅਤੇ ਸ਼੍ਰੋਮਣੀ ਕਾਲਦਲ ਅੰਮ੍ਰਿਤਸਰ ਸਰਸਰਦਾਰ ਮਾਨ ਦੀ ਪਾਰਟੀ ਉਹਨਾਂ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਇਹ ਕਾਨਫਰੰਸਾਂ ਜਦਕਿ ਸਿਰਫ ਇੱਕੋ ਹੀ ਹੋਈ ਸੀ ਲਾਸਟ ਜਿਹੜੀ ਫਤੇਗੜ ਸਾਹਿਬ ਦੇ ਜੋੜ ਮੇਲੇ ਤੇ ਉਹ ਵੀ ਸ਼੍ਰੋਮਣੀ ਕਾਲਦਲ ਅੰਮ੍ਰਿਤਸਰ ਦੀ ਸੀ ਇਸ ਮੌਕੇ ਤੁਸੀਂ ਕੀ ਟਿੱਪਣੀ ਕਰਦੇ ਹੋ ਕਿ ਕੀ ਇਹਨਾਂ ਦਿਹਾੜਿਆਂ ਦੇ ਉੱਤੇ ਕਾਨਫਰੰਸ ਜਿਹੜੀ ਆ ਹੋਣੀ ਚਾਹੀਦੀ ਆ ਕਿ ਨਹੀਂ ਹੋਣੀ ਚਾ ਉਕੇ ਸਾਡਾ ਜਿਹੜਾ ਸਿਧਾਂਤ ਮੀਰੀ ਪ੍ਰੀਦਾ ਸਿਧਾਂਤ ਸਾਨੂੰ ਸਤਿਗੁਰੂ ਮਹਾਰਾਜ ਨੇ ਬਖਸ਼ਿਆ ਸਾਡਾ ਧਰਮ ਤੇ ਸਿਆਸਤ ਨਾਲ ਨਾਲ ਚੱਲਦੇ ਨੇ ਤੋਂ ਇਸ ਲਈ ਕਿਉਂਕਿ ਇਹ ਜਿਹੜੀਆਂ ਕਾਨਫਰੰਸਾਂ ਨੇ ਅੱਜ ਤੋਂ ਨਹੀਂ ਬਹੁਤ ਪੁਰਾਣੇ ਸਮੇਂ ਤੋਂ ਇਸੇ ਤਰ੍ਹਾਂ ਹੁੰਦੀਆਂ ਰਹਿੰਦੀਆਂ ਨੇ ਕਿਉਂਕਿ ایسے ਜੋੜ ਮਿਲੇ ਤੇ ਜਿੱਥੇ ਕਾਨਫਰੰਸ ਹੁੰਦੀ ਹੈ ਜਿੱਥੇ ਅਸੀਂ ਧਾਰਮਿਕ ਤੌਰ ਤੇ ਆਪਣੀ ਵਿਚਾਰਧਾਰਾ ਨੂੰ ਅਪਣਾਉਣ ਵਾਸਤੇ ਲੋਕਾਂ ਨੂੰ ਸੰਦੇਸ਼ ਦਿੰਨੇ ਆ ਉਥੇ ਨਾਲ ਸਾਡੇ ਸਿਕਮ ਮਸਲੇ ਹੁੰਦੇ ਨੇ ਜਾਂ ਕੋਈ ਸਮਾਜਿਕ ਮਸਲੇ ਹੁੰਦੇ ਨੇ ਉਹਨਾਂ ਦੀ ਵੀ ਚਰਚਾ ਜਿਹੜੀ ਹੈ ਇਸੇ ਸਥਾਨਾਂ ਦੇ ਉੱਤੇ ਕੀਤੀ ਜਾਂਦੀ ਹੈ ਇੱਕ ਆਖਰੀ ਸਵਾਲ ਨਾਲ ਹੀ ਆਪਾਂ ਸਮਾਪਤੀ ਕਰਨੀ ਆ तकरीबन ਵੱਧ ਰਿਹਾ ਸਵਾਲ ਉਹ ਇਹ ਆ ਕਿ ਜਦੋਂ ਸਤਕਾਰ ਕਮੇਟੀ ਦੇ ਸੰਗਰਾਂ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਦਾ ਇਹ ਕਹਿਣਾ ਕਿ ਜਿਹੜੀਆਂ ਸਿਆਸੀ ਕਾਨਫਰੰਸਾਂ ਹੁੰਦੀਆਂ ਸਿਆਸੀ ਧਿਰਾਂ ਵੱਲੋਂ ਆਉਣ ਵਾਲੀ ਸੰਗਤ ਨੂੰ ਕਾਫੀ ਅੜਚਣਾ ਆਉਂਦੀਆਂ ਇੱਕ ਵੱਡਾ ਇਕੱਠ ਵੀ ਦਿਖਾਇਆ ਜਾਂਦਾ ਸਿਆਸੀ ਧਿਰਾਂ ਵੱਲੋਂ ਤੁਸੀਂ ਉਸ ਪਰੇਸ਼ਾਨੀ ਨੂੰ ਕਿਦਾਂ ਲੈਂਦੇ ਹੋ ਜਿਹੜੀ ਸਿੱਖ ਸੰਗਤ ਨੂੰ ਪਰੇਸ਼ਾਨੀ ਆਉਂਦੀ ਹੈ ਦੇਖੋ ਪਰੇਸ਼ਾਨੀ ਤਾਂ ਕੁਦਰਤੀ ਤੌਰ ਤੇ ਜਦੋਂ ਵੱਡੇ ਇਕੱਠ ਹੁੰਦੇ ਨੇ ਹਰ ਥਾਂ ਤੇ ਹੁੰਦੀ ਹੈ ਲੇਕਿਨ ਜਿਸ ਨੇ ਵੀ ਆਪਣੀ ਆਸਥਾ ਦੇ ਨਾਲ ਇੱਥੇ ਨਮਸਕਾਰ ਕਰਨ ਵਾਸਤੇ ਆਉਣਾ ਹੈ ਉਹਨੇ ਤਾਂ ਆਉਣਾ ਹੀ ਆਉਣਾ ਹੈਗਾ ਇਹ ਵੀ ਜਿੱਥੇ ਉਹ ਸਤਿਗੁਰੂ ਅੱਗੇ ਨਮਸਕਾਰ ਕਰਦੇ ਨੇ ਉਥੇ ਇਹ ਵੀ ਸੋਚਦੇ ਨੇ ਕਿ ਸਾਨੂੰ ਜਿਹੜਾ ਕੋਈ ਅੱਜ ਦੇ ਮਸਲੇ ਨੇ ਜਾਂ ਅੱਜ ਦਾ ਕੋਈ ਲੋੜ ਹੈ ਸਿੱਖੀ ਵਾਸਤੇ ਉਹ ਵੀ ਸੁਣਨਾ ਚਾਹੁੰਦੇ ਨੇ